ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਯੂਟਿਊਬ ਚੈਨਲ ਸਕੂਲ ਨਿਊਜ਼ 'ਤੇ। ਅਤੇ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਕਰਾਂਗੇ 19 ਸਤੰਬਰ ਦੀ ਮੋਰਨਿੰਗ ਸਲਾਈਡ। ਪਿੱਛੇ ਜੇਕਰ ਤੁਸੀਂ ਕਿਸੇ ਵੀ ਡੇਟ ਦੀ ਕੋਈ ਵੀ ਮੋਰਨਿੰਗ ਸਲਾਈਡ ਦੀ ਵੀਡੀਓ ਨਹੀਂ ਦੇਖੀ ਤਾਂ ਉਹ ਸਾਰੀਆਂ ਆਪਣੇ ਚੈਨਲ 'ਤੇ ਅਪਲੋਡ ਹੈ। ਹਰ ਇੱਕ ਦਿਨ ਦੀ ਮੋਰਨਿੰਗ ਸਲਾਈਡ ਬਹੁਤ ਹੀ ਮਹੱਤਵਪੂਰਨ ਹੁੰਦੀ ਹੈ, ਉਹ ਜ਼ਰੂਰ ਦੇਖਿਓ। ਅਤੇ ਹੁਣ ਆਪਾਂ ਕਰਦੇ ਹਾਂ 19 ਸਤੰਬਰ ਦੀ ਮੋਰਨਿੰਗ ਸਲਾਈਡ। ਅੱਜ ਦਾ ਦਿਨ ਵੀਰਵਾਰ, ਅੱਜ ਦੀ ਮਿਤੀ 19 ਸਤੰਬਰ 2024। ਅੱਜ ਦਾ ਵਿਚਾਰ, ਪਿਆਰੇ ਬੱਚਿਓ, ਅੱਜ ਦਾ ਵਿਚਾਰ ਹੈ ਹਰ ਮਨੁੱਖ ਸਾਂਭੇ ਇੱਕ ਰੁੱਖ। ਤਾਂ ਪਿਆਰੇ ਬੱਚਿਓ, ਪਹਿਲੇ ਵਿਚਾਰ ਆਪਾਂ ਸੁਣਦੇ ਸੀ ਹਰ ਮਨੁੱਖ ਲਗਾਏ ਇੱਕ ਰੁੱਖ, ਤਾਂ ਸਿਰਫ ਰੁੱਖ ਲਗਾਉਣ ਨਾਲ ਬੱਚਿਓ ਕੁਛ ਨਹੀਂ ਹੁੰਦਾ। ਜੇ ਆਪਾਂ ਰੁੱਖ ਲਗਾ ਕੇ ਉਸ ਤੋਂ ਬਾਅਦ ਉਸਦੀ ਦੇਖਭਾਲ ਨਹੀਂ ਕੀਤੀ, ਉਸਨੂੰ ਪਾਣੀ ਨਹੀਂ ਦਿੱਤਾ, ਉਸਨੂੰ ਗੋਡੀ ਨਹੀਂ ਪਾਈ, ਕੁਛ ਦਿਨ ਬਾਅਦ ਉਹ ਰੁੱਖ ਸੁੱਕ ਗਿਆ, ਤਾਂ ਉਸ ਰੁੱਖ ਲਾਉਣ ਦਾ ਕੋਈ ਫਾਇਦਾ ਨਹੀਂ ਹੈ। ਇਸ ਲਈ ਹੁਣ ਇਹ ਸਲੋਗਨ ਆਇਆ, ਜੋ ਵਿਚਾਰ ਹੈ, ਹਰ ਮਨੁੱਖ ਸਾਂਭੇ ਇੱਕ ਰੁੱਖ, ਮਤਲਬ ਰੁੱਖ ਲਾਉਣਾ ਹੈ, ਰੁੱਖ ਲਾਉਣ ਤੋਂ ਬਾਅਦ ਉਸਦੀ ਦੇਖਭਾਲ ਵੀ ਕਰਨੀ ਹੈ, ਉਸਨੂੰ ਸਮੇਂ ਸਿਰ ਪਾਣੀ ਵੀ ਦੇਣਾ, ਉਸਨੂੰ ਸਮੇਂ ਸਿਰ ਗੋਡੀ ਵੀ ਪਾਉਣੀ ਹੈ। ਉਹ ਅਗਰ ਉਸਨੂੰ ਕੋਈ ਪਸ਼ੂ ਜਾਂ ਜਾਨਵਰ ਉਸਨੂੰ ਜਦੋਂ ਥੋੜ੍ਹਾ ਵੱਡਾ ਹੁੰਦਾ ਉਸਨੂੰ ਖਾ ਕੇ ਬਰਬਾਦ ਕਰਦੇ ਆ, ਤਾਂ ਉਸਨੂੰ ਉਸ ਤੋਂ ਬਚਾਉਣਾ ਵੀ ਹੈ, ਉਸਦੀ ਵਾੜ ਵੀ ਲਾਉਣੀ ਹੈ। ਤਾਂ ਇਸ ਕਰਕੇ ਇਹ ਸਲੋਗਨ ਹੈ ਵੀ ਹਰ ਮਨੁੱਖ ਸਾਂਭੇ ਇੱਕ ਰੁੱਖ। ਤਾਂ ਰੁੱਖ ਸਾਂਭਣੇ ਵੀ ਬਹੁਤ ਜ਼ਰੂਰੀ ਹੈ, ਲਗਾਉਣੇ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਦੇਖੋ ਪਾਪੂਲੇਸ਼ਨ ਬਹੁਤ ਵੱਧ ਰਹੀ ਹੈ, ਜਨਸੰਖਿਆ ਬਹੁਤ ਵੱਧ ਰਹੀ ਹੈ, ਜਿਸ ਕਾਰਨ ਕੀ ਹੈ, ਵਾਤਾਵਰਨ ਦੇ ਵਿੱਚ ਪੋਲਿਊਸ਼ਨ ਵੀ ਵੱਧਦਾ ਜਾ ਰਿਹਾ, ਪੇੜ ਕੱਟ ਰਹੇ ਹਾਂ ਆਪਾਂ, ਤਾਂ ਉਸ ਦੇ ਨਾਲ ਜਿਹੜੀ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਮੌਸਮ ਬਹੁਤ ਚੇਂਜ ਹੋ ਰਿਹਾ। ਤਾਂ ਇਹਨਾਂ ਸਭ ਚੀਜ਼ਾਂ ਤੋਂ ਬਚਣ ਵਾਸਤੇ ਆਪਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਪੈਣਗੇ, ਕਿਉਂਕਿ ਰੁੱਖ ਆਪਾਂ ਨੂੰ ਆਕਸੀਜਨ ਵੀ ਦਿੰਦੇ ਆ ਸਾਹ ਲੈਣ ਵਾਸਤੇ, ਵਾਤਾਵਰਨ 'ਚੋਂ ਪੋਲਿਊਸ਼ਨ ਵੀ ਘੱਟ ਕਰਦੇ ਆ, ਅਤੇ ਰੁੱਖਾਂ ਤੋਂ ਆਪਾਂ ਨੂੰ ਛਾਂ ਵੀ ਮਿਲਦੀ ਹੈ, ਖਾਣ ਨੂੰ ਫਲ ਵੀ ਮਿਲਦੇ ਆ। ਤਾਂ ਕਾਫੀ ਜਿਹੜੀ ਆਪਣੇ ਜੀਵਨ ਦੇ ਨਾਲ ਜਿਹੜੀ ਰੁੱਖਾਂ ਦੀ ਮਹੱਤਤਾ ਹੈਗੀ ਹੈ, ਇਸ ਕਰਕੇ ਬੱਚਿਓ ਹਰ ਇੱਕ ਮਨੁੱਖ ਨੂੰ ਇੱਕ ਰੁੱਖ ਜ਼ਰੂਰ ਸਾਂਭਣਾ ਚਾਹੀਦਾ ਹੈ। ਜੇ ਸਾਰੇ ਆਪਣਾ ਇਹ ਫਰਜ਼ ਬਣ ਕੇ ਇੱਕ ਰੁੱਖ ਲਗਾ ਕੇ ਉਸਨੂੰ ਸਾਂਭਣ, ਤਾਂ ਦੁਨੀਆ 'ਚ ਬਹੁਤ ਜ਼ਿਆਦਾ ਰੁੱਖ ਹੋ ਜਾਣਗੇ, ਤਾਂ ਫਿਰ ਉਸ ਦੇ ਨਾਲ ਜਿਹੜਾ ਵਾਤਾਵਰਨ ਵੀ ਸ਼ੁੱਧ ਹੋ ਜਾਏਗਾ। ਅੱਗੇ ਕਰਾਂਗੇ ਆਪਾਂ ਆਮ ਗਿਆਨ ਵਿਗਿਆਨ ਦੇ ਪ੍ਰਸ਼ਨ। ਪਹਿਲਾ ਪ੍ਰਸ਼ਨ ਹੈ, ਪੰਜਾਬ ਵਿੱਚ ਲੋਕ ਸਭਾ ਦੀਆਂ ਸੀਟਾਂ ਦੀ ਗਿਣਤੀ ਕਿੰਨੀ ਹੈ? ਤਾਂ ਪਿਆਰੇ ਬੱਚੋ, ਪੰਜਾਬ 'ਚ ਜਿਹੜੇ ਲੋਕ ਸਭਾ ਸੀਟਾਂ ਦੀ ਗਿਣਤੀ ਹੈ ਉਹ 13 ਹੈ, ਆਪਾਂ ਤੁਹਾਨੂੰ ਮੈਪ 'ਤੇ ਦਿਖਾਉਂਦੇ ਹਾਂ। ਤਾਂ ਹਾਂਜੀ ਪਿਆਰੇ ਬੱਚੋ, ਇਹ ਪੰਜਾਬ ਦਾ ਨਕਸ਼ਾ ਹੈ, ਅਤੇ ਇੱਥੇ ਤੁਸੀਂ ਦੇਖ ਰਹੇ ਹੋ, ਮਤਲਬ ਆਹ ਜਿਹੜਾ ਏਰੀਆ ਉੱਪਰ ਵਾਲਾ ਪਠਾਨਕੋਟ ਗੁਰਦਾਸਪੁਰ ਵਾਲਾ, ਇੱਕ ਸੀਟ ਇੱਥੇ ਹੈ, ਇੱਧਰ ਅੰਮ੍ਰਿਤਸਰ ਵਾਲੇ 'ਚ ਇੱਕ ਸੀਟ ਹੈ, ਇੱਥੇ ਤਰਨ ਤਾਰਨ ਵਾਲੇ 'ਚ ਆ ਜਾਂਦੀ ਹੈ, ਇੱਥੇ ਫਿਰੋਜ਼ਪੁਰ ਫਾਜ਼ਿਲਕਾ ਵਾਲੇ ਵਿੱਚ ਆ ਜਾਂਦੀ ਹੈ। ਇਸ ਤਰ੍ਹਾਂ ਜੋ ਤੁਸੀਂ ਦੇਖ ਰਹੇ ਹੋ ਇਹ ਟੋਟਲ 13 ਦੀ ਗਿਣਤੀ ਪੂਰੇ ਪੰਜਾਬ ਦੇ ਵਿੱਚ ਹੈ, ਕਿਸ ਕਿਸ ਏਰੀਏ ਵਿੱਚ ਸੀਟ ਹੈ ਉਹ ਤੁਸੀਂ ਦੇਖ ਰਹੇ ਹੋ। ਟੋਟਲ ਜਿਹੜੀਆਂ MP ਦੀਆਂ ਸੀਟਾਂ ਆਪਾਂ ਕਹਿ ਦਿੰਦੇ ਹਾਂ ਜਾਂ ਲੋਕ ਸਭਾ ਦੀਆਂ ਸੀਟਾਂ ਕਹਿ ਦਿੰਦੇ ਹਾਂ, ਉਹ 13 ਨੇ। ਅਤੇ ਕੱਲ੍ਹ ਇੱਕ ਕੁਸ਼ਚਨ ਆਇਆ ਸੀ ਵਿਧਾਨ ਸਭਾ ਦੀਆਂ ਸੀਟਾਂ, ਤਾਂ ਪਿਆਰੇ ਬੱਚਿਓ ਵਿਧਾਨ ਸਭਾ ਦੀਆਂ ਕਿੰਨੀਆਂ ਸੀਟਾਂ ਨੇ ਤੁਸੀਂ ਅੱਜ ਕਮੈਂਟ ਦੇ ਵਿੱਚ ਦੱਸਣਾ ਹੈ। ਜੋ ਵੀ ਮੋਰਨਿੰਗ ਸਲਾਈਡ ਨੂੰ ਦੇਖਦੇ ਆ, ਕਮੈਂਟ ਦੇ ਵਿੱਚ ਤੁਸੀਂ ਦੱਸੋਗੇ ਵਿਧਾਨ ਸਭਾ ਦੀਆਂ ਸੀਟਾਂ ਕਿੰਨੀਆਂ ਹੈ। ਜੇ ਤੁਸੀਂ ਡੇਲੀ ਮੋਰਨਿੰਗ ਸਲਾਈਡ ਦੇਖਦੇ ਹੋ ਤਾਂ ਤੁਹਾਨੂੰ ਜ਼ਰੂਰ ਕੁਸ਼ਚਨ ਯਾਦ ਹੋਏਗਾ, ਤੁਸੀਂ ਕਮੈਂਟ ਦੇ ਵਿੱਚ ਉਹ ਚੀਜ਼ ਲਿਖਣੀ ਹੈ। ਤਾਂ ਅਗਲਾ ਕੁਸ਼ਚਨ ਹੈ ਪਿਆਰੇ ਬੱਚਿਓ, ਮੌਜੂਦਾ ਪੰਜਾਬ ਕਦੋਂ ਹੋਂਦ ਵਿੱਚ ਆਇਆ? ਤਾਂ ਪਿਆਰੇ ਬੱਚਿਓ, ਮੌਜੂਦਾ ਪੰਜਾਬ ਹੈ ਜੋ 1 ਨਵੰਬਰ 1966 ਨੂੰ ਹੋਂਦ ਵਿੱਚ ਆਇਆ। ਦੇਖੋ ਮੌਜੂਦਾ ਪੰਜਾਬ ਦੀ ਗੱਲ ਕੀਤੀ ਹੈ, ਹਾਲਾਂਕਿ ਪੰਜਾਬ ਤਾਂ ਬਹੁਤ ਪਹਿਲਾਂ ਦਾ ਵਸਿਆ ਹੋਇਆ ਹੈ, ਆਜ਼ਾਦੀ ਤੋਂ ਪਹਿਲਾਂ ਦਾ ਵਸਿਆ ਹੋਇਆ, ਪਰ ਮੌਜੂਦਾ ਪੰਜਾਬ ਦੀ ਗੱਲ ਕਿਉਂ ਕੀਤੀ ਗਈ, ਇਹ ਸਾਰੀ ਚੀਜ਼ ਆਪਾਂ ਤੁਹਾਨੂੰ ਅੱਜ ਮੈਪ ਤੋਂ ਬਿਲਕੁਲ ਕਲੀਅਰ ਕਲੀਅਰ ਸਮਝਾਉਂਦੇ ਹਾਂ।
ਜੀ ਪਿਆਰੇ ਬੱਚਿਓ, ਆਹ ਮੈਪ ਤੁਸੀਂ ਦੇਖ ਰਹੇ ਹੋ, ਇਹ ਮੈਪ ਹੈ ਜਿਹੜਾ 1956 ਦਾ, ਆਜ਼ਾਦੀ ਤੋਂ ਬਾਅਦ। ਦੇਖੋ ਆਹ ਜਿੰਨਾ ਵੀ ਤੁਹਾਨੂੰ ਆਹ ਨੀਲੇ ਕਲਰ 'ਚ ਦਿਖ ਰਿਹਾ, ਇਹ ਸਾਰਾ ਪੰਜਾਬ ਹੁੰਦਾ ਸੀ। ਮਤਲਬ ਕੁਛ ਆਹ ਹਿਮਾਚਲ ਵਾਲਾ ਹਿੱਸਾ, ਆਹ ਜਿਹੜਾ ਹੁਣ ਹਰਿਆਣਾ ਹੈ ਇਹਲਾ ਹਿੱਸਾ, ਇਹ ਸਾਰਾ ਜਿਹੜਾ ਇੰਨਾ ਵੱਡਾ ਪੰਜਾਬ ਹੁੰਦਾ ਸੀ। ਅਤੇ 1956 ਦੇ ਵਿੱਚ ਜਿਹੜਾ ਆਹ ਇੰਨਾ ਇੰਨਾ ਹਿੱਸਾ ਹਿਮਾਚਲ ਨੂੰ ਇੱਕ ਹਿਮਾਚਲ ਅਲੱਗ ਕਰ ਦਿੱਤਾ ਗਿਆ। ਫਿਰ 1 ਨਵੰਬਰ 1966 ਨੂੰ ਕੀ ਹੋਇਆ, ਇਸ ਵਿੱਚੋਂ ਵੀ ਪੰਜਾਬ ਨੂੰ ਜਿਹੜਾ ਅਲੱਗ ਕਰ ਦਿੱਤਾ ਗਿਆ ਪੰਜਾਬ। ਫਿਰ ਆਹ ਜਿਹੜਾ ਹੁਣ ਆਪਾਂ ਨਕਸ਼ਾ ਦੇਖਦੇ ਹਾਂ ਨਾ ਪੰਜਾਬ ਦਾ, ਆਹ ਵਾਲਾ, ਇਸ ਵਿੱਚੋਂ ਹਰਿਆਣੇ ਨੂੰ ਅਲੱਗ ਕਰ ਲਿਆ ਗਿਆ। ਫਿਰ ਆਹ ਜਿੰਨਾ ਉਤਲਾ ਹਿੱਸਾ ਪੰਜਾਬ ਦਾ ਜਿਹੜਾ ਹੈਗਾ ਸੀ ਬਚਿਆ ਹੋਇਆ, ਇਹ ਵੀ ਹਿਮਾਚਲ ਨੂੰ ਦੇ ਦਿੱਤਾ ਗਿਆ। ਤਾਂ ਪੂਰਾ ਜਿਹੜਾ ਭਾਸ਼ਾ ਦੇ ਆਧਾਰ 'ਤੇ ਪੰਜਾਬ ਨੂੰ ਵੰਡ ਦਿੱਤਾ ਗਿਆ, ਹਿਮਾਚਲ ਨਿਕਲ ਗਿਆ ਅਤੇ ਹਰਿਆਣਾ ਨਿਕਲ ਗਿਆ, ਅਤੇ ਪੰਜਾਬ ਜਿਹੜਾ ਇਸ ਕੰਡੀਸ਼ਨ ਦੇ ਵਿੱਚ ਰਹਿ ਗਿਆ। ਪੰਜਾਬ ਜਿਹੜਾ 1966 ਨੂੰ ਆਹ ਹਿੱਸਾ ਰਹਿ ਗਿਆ, ਅਤੇ ਇਹ ਜਿਹੜਾ ਨਵਾਂ ਜਾਂ ਮੌਜੂਦਾ ਪੰਜਾਬ ਆਪਾਂ ਕਹਿੰਦੇ ਹਾਂ, ਇਹ ਜਿਹੜਾ 1 ਨਵੰਬਰ 1966 ਈਸਵੀ ਨੂੰ ਆਇਆ ਸੀ। ਇਸ ਕਰਕੇ ਮੌਜੂਦਾ ਪੰਜਾਬ ਦੀ ਹੋਂਦ ਜਿਹੜੀ 1 ਨਵੰਬਰ 1966 ਨੂੰ ਮੰਨੀ ਜਾਂਦੀ ਹੈ। ਤੁਹਾਨੂੰ ਮੈਪ ਤੋਂ ਜਿਹੜੀ ਸਾਰੀ ਚੀਜ਼ ਕਲੀਅਰ ਹੋ ਗਈ ਹੋਏਗੀ। ਤਾਂ ਅਗਲਾ ਕੁਸ਼ਚਨ ਪਿਆਰੇ ਬੱਚਿਓ, ਜਿਹੜਾ ਧਰਤੀ ਲਈ ਊਰਜਾ ਦਾ ਮੁੱਖ ਸਰੋਤ ਕਿਹੜਾ ਹੈ? ਤਾਂ ਉਹ ਪਿਆਰੇ ਬੱਚਿਓ ਸੂਰਜ ਹੈ। ਧਰਤੀ 'ਤੇ ਜੋ ਵੀ ਊਰਜਾ ਦਾ ਸਰੋਤ ਹੈ ਉਹ ਸਭ ਸੂਰਜ ਦੇ ਥਰੂ ਹੀ ਹੈ। ਆਪਣੀ ਧਰਤੀ 'ਤੇ ਜੋ ਗਰਮੈਸ਼ ਆ ਰਹੀ ਹੈ, ਤਾਪਮਾਨ ਆ ਰਿਹਾ ਹੈ, ਉਸ ਦੇ ਨਾਲ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਹੋ ਰਹੀਆਂ ਨੇ। ਅੱਜ ਕੱਲ੍ਹ ਤੁਸੀਂ ਸੋਲਰ ਵੀ ਦੇਖ ਰਹੇ ਹੋ, ਆਪਾਂ ਤੁਹਾਨੂੰ ਫੋਟੋ ਦੇ ਵਿੱਚ ਦਿਖਾਉਂਦੇ ਹਾਂ। ਤਾਂ ਦੇਖੋ ਊਰਜਾ ਦਾ ਸਰੋਤ ਅੱਜ ਦੀ ਡੇਟ 'ਚ ਆਪਾਂ ਦੇਖਦੇ ਹਾਂ ਤਾਂ ਸੋਲਰ ਹੈ, ਪੌਣ ਚੱਕੀ ਵਾਲਾ ਸਿਸਟਮ ਹੈ, ਸਭ ਜਿਹੜਾ ਇਹ ਚੀਜ਼ਾਂ ਦੇ ਵਿੱਚ ਜਿਹੜੀ ਹੈ ਸੂਰਜ ਦੀ ਬਹੁਤ ਜ਼ਰੂਰਤ ਹੈ, ਕਿਉਂਕਿ ਊਰਜਾ ਦਾ ਸਰੋਤ ਹੀ ਧਰਤੀ 'ਤੇ ਉਹੀ ਹੈ ਸੂਰਜ। ਅਗਲਾ ਕੁਸ਼ਚਨ ਹੈ ਪਿਆਰੇ ਬੱਚਿਓ, ਸਤਰੰਗੀ ਪੀਂਗ ਵਿੱਚ ਕਿੰਨੇ ਰੰਗ ਹੁੰਦੇ ਹਨ? ਤਾਂ ਪਿਆਰੇ ਬੱਚਿਓ ਸਤਰੰਗੀ ਪੀਂਗ ਦੇ ਵਿੱਚ ਜਿਹੜੇ ਹੁੰਦੇ ਆ 7 ਰੰਗ ਹੁੰਦੇ ਆ, ਇਸ ਕਰਕੇ ਹੀ ਤਾਂ ਇਸ ਨੂੰ ਜਿਹੜਾ ਸਤਰੰਗੀ ਪੀਂਗ ਕਿਹਾ ਜਾਂਦਾ। ਇਹ ਕਦੋਂ ਬਣਦੀ ਹੈ ਆਪਾਂ ਤੁਹਾਨੂੰ ਮੈਪ ਦੇ ਵਿੱਚ ਦਿਖਾਉਂਦੇ ਹਾਂ। ਤਾਂ ਪਿਆਰੇ ਬੱਚਿਓ ਇਹ ਦੇਖੋ ਆ ਸਤਰੰਗੀ ਪੀਂਗ ਤੁਹਾਨੂੰ ਦਿਖ ਰਹੀ ਹੈ ਅਸਮਾਨ ਦੇ ਵਿੱਚ, ਜਦੋਂ ਬਾਰਿਸ਼ ਹੋ ਜਾਂਦੀ ਹੈ ਨਾ, ਬਾਰਿਸ਼ ਹੋਣ ਤੋਂ ਬਾਅਦ ਜਦੋਂ ਹਲਕੀ ਜਿਹੀ ਧੁੱਪ ਨਿਕਲਦੀ ਹੈ ਤਾਂ ਅਸਮਾਨ ਦੇ ਵਿੱਚ ਆਪਾਂ ਨੂੰ ਇਹੋ ਜਿਹੀ ਸਤਰੰਗੀ ਪੀਂਗ ਦੇਖਣ ਨੂੰ ਮਿਲਦੀ ਹੈ, ਜਿਸ ਦੇ ਵਿੱਚ ਕੀ ਹੁੰਦੇ ਆ 7 ਰੰਗ ਹੁੰਦੇ ਹਨ। ਹਾਂਜੀ ਪਿਆਰੇ ਬੱਚੋ, ਅਗਲਾ ਕੁਸ਼ਚਨ ਹੈ, 200 ਇਕਾਈਆਂ ਕਿੰਨੇ ਸੈਂਕੜੇ ਦੇ ਬਰਾਬਰ ਹੁੰਦੀਆਂ ਹਨ? ਤਾਂ ਪਿਆਰੇ ਬੱਚੋ ਆਪਾਂ ਇਕਾਈਆਂ ਦਾਈਆਂ ਵਾਲਾ ਡੇਲੀ ਤੁਹਾਨੂੰ ਕੁਸ਼ਚਨ ਇੱਕ ਆਉਂਦਾ ਹੈ, ਉਹਨੂੰ ਪੂਰੀ ਡਿਟੇਲ 'ਚ ਕਰਾਉਂਦੇ ਹਾਂ। ਅਤੇ ਇਕਾਈ ਨੂੰ ਆਪਾਂ ਇੱਕ ਹੀ ਮੰਨਦੇ ਹਾਂ, ਜਿੰਨੀਆਂ ਇਕਾਈਆਂ ਹੋ ਗਈਆਂ ਉਨੀ ਗਿਣਤੀ ਹੋ ਗਈ। ਤਾਂ ਮਤਲਬ 200 ਇਕਾਈਆਂ ਗਿਣਤੀ ਕਿੰਨੀ ਹੋ ਗਈ? 200। ਹੁਣ 200 ਹੈ ਅਤੇ 100 ਦਾ 1 ਸੈਂਕੜਾ ਹੈ, ਤਾਂ 200 ਦੇ ਕਿੰਨੇ ਸੈਂਕੜੇ ਬਣ ਗਏ? 2। ਤਾਂ ਆਂਸਰ ਕੀ ਆ ਗਿਆ ਆਪਣੇ ਕੋਲ, 200 ਇਕਾਈਆਂ ਕਿੰਨੇ ਸੈਂਕੜੇ ਦੇ ਬਰਾਬਰ ਹੋ ਗਈਆਂ? 2 ਦੇ ਬਰਾਬਰ। ਅੱਗੇ ਆਓ ਬੁਝੀਏ ਅੱਜ ਦੀ ਬੁਝਾਰਤ, ਹਰਾ ਮੇਰਾ ਸਰੀਰ ਹੈ, ਮੁੱਖ ਮੇਰਾ ਲਾਲ, ਮੇਰਾ ਨਾਂ ਦੱਸੂ ਕਿਹੜਾ ਸੋਹਣਾ ਬਾਲ। ਤਾਂ ਪਿਆਰੇ ਬੱਚੋ ਇਹ ਕੀ ਹੁੰਦਾ ਹੈ? ਤੋਤਾ। ਤੋਤਾ ਆਪਾਂ ਦੇਖਦੇ ਹਾਂ ਹਰੇ ਰੰਗ ਦਾ ਹੁੰਦਾ ਹੈ, ਅਤੇ ਉਸਦਾ ਮੂੰਹ ਜਿਹੜਾ ਹੁੰਦਾ ਹੈ ਲਾਲ ਹੁੰਦਾ ਹੈ। ਤਾਂ ਹਾਂਜੀ ਪਿਆਰੇ ਬੱਚੋ ਅੱਜ ਦਾ ਜਿਹੜਾ ਇੰਗਲਿਸ਼ ਦਾ ਪਹਿਲਾ ਵਰਡ ਹੈ ਉਹ ਤੁਸੀਂ ਦੇਖ ਰਹੇ ਹੋ ਅਰਲੀ, EARLY, ਅਰਲੀ। ਅਰਲੀ ਕੀ ਹੁੰਦਾ? ਛੇਤੀ। ਜਿਵੇਂ ਕਹਿੰਦੇ ਨੇ ਵੀ ਤੁਹਾਨੂੰ ਸਵੇਰੇ ਜਿਹੜਾ ਜਲਦੀ ਉੱਠਣਾ ਚਾਹੀਦਾ, ਛੇਤੀ ਉੱਠਣਾ ਚਾਹੀਦਾ। ਅਤੇ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ ਗੈਟ ਅਪ ਅਰਲੀ ਇਨ ਦਾ ਮੋਰਨਿੰਗ। ਨੈਕਸਟ ਵਰਡ ਹੈ ਪਿਆਰੇ ਬੱਚਿਓ ਬ੍ਰਸ਼, BRUSH, ਬ੍ਰਸ਼। ਬ੍ਰਸ਼ ਨੂੰ ਆਪਾਂ ਬੁਰਸ਼ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ, ਜਾਂ ਬ੍ਰਸ਼ ਹੀ ਕਹਿ ਦਿੰਦੇ ਹਾਂ। ਬ੍ਰਸ਼ ਆਪਾਂ ਨੂੰ ਜਿਹੜਾ ਦੰਦਾਂ ਨੂੰ ਬ੍ਰਸ਼ ਕਰਨ ਵਾਲਾ ਬ੍ਰਸ਼ ਵੀ ਹੁੰਦਾ ਹੈ, ਪੇਂਟ ਕਰਨ ਵਾਲਾ ਬ੍ਰਸ਼ ਵੀ ਹੁੰਦਾ ਹੈ। ਜਿੱਦਾਂ ਫੋਟੋ ਦੇ ਵਿੱਚ ਤੁਸੀਂ ਦੇਖੋ ਦੰਦਾਂ ਵਾਲਾ ਬ੍ਰਸ਼ ਹੈ, ਇਹਨੂੰ ਜਿਹੜਾ ਇੰਗਲਿਸ਼ ਦੇ ਵਿੱਚ ਆਪਾਂ ਬ੍ਰਸ਼ ਕਹਿ ਦਿੰਦੇ ਹਾਂ, ਅਤੇ ਪੰਜਾਬੀ ਦੇ ਵਿੱਚ ਵੀ ਬ੍ਰਸ਼
ਕਹਿ ਦਿੰਦੇ ਹਾਂ। ਨੈਕਸਟ ਵਨ ਹੈ ਕਿ ਬਾਥ, ਬੀ ਏ ਟੀ ਐਚ, ਬਾਥ। ਬਾਥ ਕੀ ਹੁੰਦਾ ਹੈ? ਨਹਾਉਣਾ। ਆਪਾਂ ਸਵੇਰੇ ਜਲਦੀ ਉੱਠ ਲਿਆ, ਫਿਰ ਬ੍ਰੱਸ਼ ਕਰ ਲਿਆ, ਉਸ ਤੋਂ ਬਾਅਦ ਆਪਾਂ ਕੀ ਕਰਾਂਗੇ? ਨਹਾਵਾਂਗੇ। ਸਕੂਲ ਜਾਣ ਤੋਂ ਪਹਿਲਾਂ ਆਪਾਂ ਨਹਾਉਂਦੇ ਹਾਂ ਨਾ, ਰੈਡੀ ਹੋਣ ਤੋਂ ਪਹਿਲਾਂ। ਆ ਦੇਖ ਰਹੇ ਹੋ ਫੋਟੋ ਦੇ ਵਿੱਚ ਤੁਸੀਂ ਬੱਚੇ ਕੀ ਕਰ ਰਹੇ ਹੈ? ਨਹਾ ਰਹੇ ਹੈ, ਅਤੇ ਇੰਗਲਿਸ਼ ਵਿੱਚ ਆਪਾਂ ਕੀ ਕਹਿੰਦੇ ਹਾਂ? ਬਾਥ ਕਰ ਰਹੇ। ਹੁਣ ਬੱਚੋ ਤੁਸੀਂ ਸਵੇਰੇ ਜਲਦੀ ਉੱਠ ਗਏ, ਬ੍ਰੱਸ਼ ਕਰ ਲਿਆ, ਬਾਥ ਮਤਲਬ ਨਹਾ ਲਿਆ, ਉਸ ਤੋਂ ਬਾਅਦ ਕੀ ਹੋ ਗਏ? ਤੁਸੀਂ ਰੈਡੀ ਹੋ ਗਏ ਸਕੂਲ ਜਾਣ ਵਾਸਤੇ। ਰੈਡੀ ਮਤਲਬ ਕੀ ਹੁੰਦਾ? ਤਿਆਰ, ਆਰ ਈ ਏ ਡੀ ਵਾਈ, ਰੈਡੀ ਮਤਲਬ ਤਿਆਰ। ਦੇਖੋ ਇਹ ਬੱਚਾ ਰੈਡੀ ਹੋ ਕੇ, ਜਿਹੜਾ ਤਿਆਰ ਹੋ ਕੇ ਆ ਗਿਆ ਸਕੂਲ ਜਾਣ ਵਾਸਤੇ, ਤਾਂ ਇਹ ਕੀ ਹੋ ਗਿਆ? ਰੈਡੀ। ਨੈਕਸਟ ਕੀ ਹੈ ਪਿਆਰੇ ਬੱਚਿਓ? ਸਮਾਰਟ। ਜਦੋਂ ਤੁਸੀਂ ਰੈਡੀ ਹੋ ਗਏ ਜਾਣ ਵਾਸਤੇ, ਤੁਸੀਂ ਕੀ ਲੱਗਣ ਲੱਗ ਜਾਓਗੇ? ਸਮਾਰਟ, ਐਸ ਐਮ ਏ ਆਰ ਟੀ, ਸਮਾਰਟ। ਸਮਾਰਟ ਬਣ ਜਾਓਗੇ। ਸਮਾਰਟ ਦਾ ਮਤਲਬ ਸੁੰਦਰ ਵੀ ਹੁੰਦਾ ਹੈ, ਅਤੇ ਸਮਾਰਟ ਦਾ ਮਤਲਬ ਚਲਾਕ ਵੀ ਹੁੰਦਾ। ਜਦੋਂ ਕੋਈ ਜ਼ਿਆਦਾ ਚਲਾਕੀ ਤੁਹਾਡੇ ਨਾਲ ਕਰ ਰਿਹਾ, ਤਾਂ ਕਈ ਵਾਰ ਆਪਾਂ ਕਹਿ ਦਿੰਦੇ ਹਾਂ ਬਹੁਤਾ ਸਮਾਰਟ ਨਾ ਬਣ, ਠੀਕ ਹੈ? ਤਾਂ ਉਹ ਚੀਜ਼ ਹੈ, ਸਮਾਰਟ ਦੇ ਦੋ ਮੀਨਿੰਗ ਬਣ ਜਾਂਦੇ ਆ। ਇੱਕ ਤਾਂ ਸਮਾਰਟ ਮਤਲਬ ਦੇਖਣ ਨੂੰ ਸੁੰਦਰ ਲੱਗ ਰਿਹਾ, ਜਾਂ ਕੋਈ ਚਲਾਕੀ ਕਰ ਰਿਹਾ, ਤਾਂ ਆਪਾਂ ਉਸਨੂੰ ਵੀ ਜਿਹੜਾ ਸਮਾਰਟ ਕਹਿ ਦਿੰਦੇ ਹਾਂ। ਅਧਿਆਪਕ ਸਾਥੀਓ ਅਤੇ ਪਿਆਰੇ ਬੱਚਿਓ, ਇਹ ਸੀਗੀ ਜਿਹੜੀ 19 ਸਪਤੰਬਰ ਦੀ ਮੋਰਨਿੰਗ ਸਲਾਈਡ। ਹਰ ਰੋਜ਼ ਦੀ ਤਰ੍ਹਾਂ ਅਧਿਆਪਕ ਸਾਥੀਆਂ ਨੂੰ ਬੇਨਤੀ ਹੈ ਕਿ ਇਸ ਮੋਰਨਿੰਗ ਸਲਾਈਡ ਨੂੰ ਬੱਚਿਆਂ ਦੇ ਵਟਸਐਪ ਗਰੁੱਪ ਵਿੱਚ ਜ਼ਰੂਰ ਸ਼ੇਅਰ ਕਰਿਆ ਕਰੋ। ਡੇਲੀ ਸ਼ਾਮ ਨੂੰ 5 ਵਜੇ ਇਸ ਚੈਨਲ 'ਤੇ ਮੋਰਨਿੰਗ ਸਲਾਈਡ ਦੀ ਵੀਡੀਓ ਅਪਲੋਡ ਹੋ ਜਾਂਦੀ ਹੈ। ਤੁਸੀਂ ਲਾਈਵ ਵੀ ਦੇਖ ਸਕਦੇ ਹੋ ਅਤੇ ਬਾਅਦ 'ਚ ਵੀ ਦੇਖ ਸਕਦੇ ਹੋ। ਨਾਲ ਦੀ ਨਾਲ ਆਪਾਂ ਇੱਕ ਰੂਟੀਨ ਸ਼ੁਰੂ ਕੀਤਾ ਸੀ ਕੁਝ ਦਿਨ ਪਹਿਲੇ, ਇੰਗਲਿਸ਼ ਮੀਡੀਅਮ ਮੋਰਨਿੰਗ ਸਲਾਈਡ, ਉਹ ਹੁਣ ਆਪਾਂ ਡੇਲੀ ਤੋਂ ਕੰਟੀਨਿਊ ਕਰਨ ਲੱਗੇ ਹਾਂ। ਕੁਛ ਦਿਨਾਂ ਕਰਕੇ 1-2 ਦਿਨ ਜਿਹੜੀ ਉਹ ਸਟੋਪ ਹੋ ਗਈ ਸੀ, ਪਰ ਹੁਣ ਡੇਲੀ ਦੋਨੋਂ ਮੀਡੀਅਮ ਦੇ ਵਿੱਚ, ਪੰਜਾਬੀ ਅਤੇ ਇੰਗਲਿਸ਼ ਮੀਡੀਅਮ ਦੇ ਵਿੱਚ, ਤੁਹਾਨੂੰ ਮੋਰਨਿੰਗ ਸਲਾਈਡ ਮਿਲ ਜਾਇਆ ਕਰੇਗੀ। ਬੱਚੇ ਵੀ ਡੇਲੀ ਮੋਰਨਿੰਗ ਸਲਾਈਡ ਨੂੰ ਜ਼ਰੂਰ ਨੋਟ ਡਾਊਨ ਕਰਿਆ ਕਰੋ। ਇਸ ਦੇ ਨਾਲ ਤੁਹਾਡੀ ਨੌਲੇਜ 'ਚ ਵਾਧਾ ਹੋਏਗਾ, ਨਾਲ ਦੀ ਨਾਲ ਤੁਹਾਨੂੰ ਇਹਨਾਂ 'ਚੋਂ ਪੇਪਰਾਂ 'ਚੋਂ ਦੇਖਣ ਵਿੱਚ ਵੀ ਕੁਸ਼ਚਨ ਦੇਖਣ 'ਚ ਮਿਲਣਗੇ। ਈ ਵੀ ਐਸ ਦੇ ਪੇਪਰ 'ਚ, ਇੰਗਲਿਸ਼ 'ਚ, ਮੈਥ 'ਚ, ਸਾਰੇ ਪੇਪਰ ਦੇ ਕੁਸ਼ਚਨ ਮਿਕਸ ਹੋਏ ਹੁੰਦੇ ਆ ਮੋਰਨਿੰਗ ਸਲਾਈਡ 'ਚ। ਬਹੁਤ ਹੈਲਪ ਮਿਲਦੀ ਹੈ ਜਿਹੜਾ ਬੱਚਾ ਡੇਲੀ ਮੋਰਨਿੰਗ ਸਲਾਈਡ ਦੇਖਦਾ। ਅਤੇ ਇੰਗਲਿਸ਼ ਮੀਡੀਅਮ ਵਾਲੀ ਵੀ ਜ਼ਰੂਰ ਦੇਖਿਓ। ਇੰਗਲਿਸ਼ ਮੀਡੀਅਮ ਤਾਂ ਬੱਚਿਆਂ ਨੂੰ ਪ੍ਰੋਜੈਕਟਰ 'ਤੇ ਲਾ ਲਾ ਕੇ ਦਿਖਾਇਓ, ਕਿਉਂਕਿ ਉਸ ਦੇ ਨਾਲ ਬੱਚੇ ਦੀ ਇੰਗਲਿਸ਼ ਬੋਲਣ ਦੀ ਸਕਿੱਲ ਡਿਵੈਲਪ ਹੁੰਦੀ ਹੈ। ਅਤੇ ਇੰਗਲਿਸ਼ ਮੀਡੀਅਮ ਜ਼ਰੂਰ ਸਲਾਈਡ, ਦੋਨੋਂ ਸਲਾਈਡ ਕਰਵਾਇਆ ਕਰੋ ਬੱਚਿਆਂ ਨੂੰ। ਕੋਈ ਨਹੀਂ, 10 ਮਿੰਟ ਵੱਧ ਲੱਗ ਜਾਂਦੇ ਆ, ਪਰ ਮੋਰਨਿੰਗ ਸਲਾਈਡ ਇੰਗਲਿਸ਼ ਮੀਡੀਅਮ ਵੀ ਕਰਾਇਆ ਕਰੋ। ਆਪਾਂ ਇੰਗਲਿਸ਼ ਮੀਡੀਅਮ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੇ ਹਾਂ, ਅਤੇ ਡੇਲੀ ਤੁਹਾਨੂੰ ਮੋਰਨਿੰਗ ਸਲਾਈਡ 5 ਵਜੇ ਉਹ ਅਤੇ 5:30 ਵਜੇ ਦੇ ਲਗਭਗ ਤੁਹਾਨੂੰ ਇੰਗਲਿਸ਼ ਵਾਲੀ ਮੋਰਨਿੰਗ ਸਲਾਈਡ ਅਵੇਲੇਬਲ ਹੋ ਜਾਏਗੀ ਆਪਣੇ ਚੈਨਲ 'ਤੇ। ਅਤੇ ਡੇਲੀ ਜ਼ਰੂਰ ਦੇਖਿਆ ਕਰੋ। ਮਿਲਾਂਗੇ ਅਗਲੀ ਵੀਡੀਓ ਦੇ ਵਿੱਚ, ਤਦ ਤੱਕ ਲਈ ਧੰਨਵਾਦ।